ਅਸਲਾਮ ਵਾਲੇਕਮ ਜੀ, ਉਮੀਦ ਕਰਦੇ ਸਾਰੇ ਭਰਾ ਠੀਕ ਠਾਕ ਹੋਣਗੇ। ਅੱਛਾ ਭਾਈ ਸ਼ਾਹ, ਤੋਂ ਅੱਜ ਬੱਚੇ ਬਚਾਉਣ ਦੇ ਹਵਾਲੇ ਨਾਲ ਤੁਹਾਨੂੰ ਬੱਕਰੀਆਂ ਜਿਹੜੇ ਲੇਲੇ ਲੇਲੀਆਂ ਹੁੰਦੇ ਆ ਨਾ, ਉਹ ਬਹੁਤ ਸਾਰੇ ਦੋਸਤਾਂ ਦੇ ਸਵਾਲ ਹੁੰਦਾ ਵੀ ਯਾਰ ਬੱਚੇ ਬਿਮਾਰ ਬਹੁਤ ਜਾਂਦੇ ਆ, ਉਹਨਾਂ ਦੇ ਹਵਾਲੇ ਨਾਲ ਬਾਈ ਉਹਨਾਂ ਨੂੰ ਪੁੱਛਦੇ ਵੀ ਕੀ ਐਸਾ ਲਾਹੇ ਅਮਲ ਕਰਦੇ ਆ ਜਿਹੜੀ ਵਜ੍ਹਾ ਤੋਂ ਮਾਸ਼ਾਅੱਲਾ ਬੱਚੇ ਬਚ ਜਾਂਦੇ ਫਾਰਮਿੰਗ ਲੈਵਲ 'ਤੇ, ਕਿਉਂਕਿ ਫਾਰਮਰ ਉਹੀ ਕਾਮਯਾਬ ਆ ਜਿਹਦੇ ਬੱਚੇ ਬਚ ਗਏ। ਠੀਕ ਆ, ਜਿਹਨੇ ਮਾਰ ਲਿਓ ਵਿਚਾਰਾ ਕਾਹਦਾ ਕਾਮਯਾਬ ਆ। ਅਸਲਾਮ ਵਾਲੇਕਮ ਭਾਈ ਸ਼ਾਹ, ਕੀ ਹਾਲ ਚਾਲ? ਠੀਕ ਹੋ? ਅੱਛਾ ਬਾਈ, ਇਹ ਦੱਸ ਵੀ ਆਹ ਜਿਹੜੇ ਬੱਚੇ ਬਚਾਉਣੇ ਆ ਤੁਸੀਂ ਫਾਰਮਿੰਗ ਵਾਲੇ ਬੰਦੇ ਜਿਹੜੇ ਫਾਰਮਿੰਗ ਕਰਦੇ ਆ, ਉਹਨਾਂ ਦੇ ਬਾਰੇ ਬਾਈ ਜਰਾ ਡਿਟੇਲ ਨਾਲ ਗੱਲ ਦੱਸੋ, ਕਿਹੜੇ ਦਿਨਾਂ ਤੇ ਕਿਹੜੀ ਵੈਕਸੀਨ ਆ, ਕਿਹੜੇ ਦਿਨਾਂ ਤੇ ਕੀ ਕਰਨਾ ਚਾਹੀਦਾ, ਬੱਕਰੀ ਕਿਹੜੇ ਦੇ ਮਹੀਨੇ ਕ੍ਰਾਸ ਕਰਾਉਣੀ ਚਾਹੀਦੀ ਜਿਹੜੇ ਤੁਹਾਡੇ ਬੱਚੇ, ਸਾਰੀ ਗੱਲ ਡਿਟੇਲਾਂ ਤੇ। ਇਹ ਨਾ ਸਭ ਤੋਂ ਪਹਿਲੇ ਤੇ ਆ ਕਿ ਇਨਸਾਨ ਆਪਣੀ ਕੋਸ਼ਿਸ਼ ਕਰਦਾ ਵਾ, ਬਾਕੀ ਹੋਣਾ ਉਹੀ ਜੋ ਅੱਲਾਹ ਪਾਕ ਨੂੰ ਮੰਨਦਾ। ਬਿਲਕੁਲ, ਠੀਕ ਆ। ਤੇ ਜੋ ਅਸੀਂ ਕਰਦੇ ਹੈਗੇ, ਸਭ ਤੋਂ ਪਹਿਲੇ ਇਹ ਆ ਕਿ ਤੁਸੀਂ ਕੋਸ਼ਿਸ਼ ਕਰੋ ਕਿ ਬੱਕਰੀ ਨੂੰ ਉਸ ਹਿਸਾਬ ਨਾਲ ਕ੍ਰਾਸ ਕਰਵਾਓ ਕਿ ਤੁਹਾਡੇ ਜਿਹੜੇ ਨਾ ਬੱਚੇ ਯਾ ਤੇ ਆ ਜਾਣ ਮਾਰਚ ਵਿੱਚ, ਫਰਵਰੀ, ਹਾਂ ਫਰਵਰੀ ਦੇ ਐਂਡ ਜਾਂ ਮਾਰਚ ਦੇ ਸ਼ੁਰੂ ਵਿੱਚ ਬੱਚੇ ਆ ਜਾਣ, ਠੀਕ ਆ। ਉਸ ਤੋਂ ਬਾਅਦ ਯਾ ਫਿਰ ਤੁਹਾਡੇ ਬੱਚੇ ਆ ਜਾਣ ਅਕਤੂਬਰ ਦੇ ਵਿੱਚ, ਠੀਕ ਹੋ? ਹਾਂ, ਵੀ ਸੈਪਟੈਂਬਰ ਦਾ ਐਂਡ ਹੋਵੇ ਤੇ ਅਕਤੂਬਰ ਦਾ ਸ਼ੁਰੂ ਹੋਵੇ, ਉਹਦੇ ਵਿੱਚ ਵੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਨਾ ਕਦੀ ਆ ਲੂਜ਼ ਮੋਸ਼ਨ ਲੱਗ ਗਏ, ਕਦੀ ਇਹ ਹੋ ਗਿਆ, ਵੀ ਇਹ ਤੁਹਾਨੂੰ ਮਸਲੇ ਮਸਾਇਲ ਨਹੀਂ ਆਣਗੇ। ਤੇ ਬਹੁਤੀ ਗਰਮੀ ਦਾ ਵੀ ਸੁਆ ਨਹੀਂ, ਹਾਂ ਨਾ ਬਹੁਤੀ ਗਰਮੀ ਦਾ ਤੇ ਨਾ ਬਹੁਤੀ ਸਰਦੀ ਦਾ, ਸਿਆਲ ਦਾ ਤੇ ਗਰਮੀ ਦਾ ਦੋਹਾਂ ਦਾ ਨਹੀਂ ਹੋਣਾ, ਹਾਂ ਦੋਨਾਂ ਦਾ ਨਹੀਂ ਹੋਣਾ ਚਾਹੀਦਾ। ਬਾਕੀ ਰਹੀ ਗੱਲ ਮੇਰੀ, ਕਿਉਂਕਿ ਮੈਨੂੰ ਤਾਂ ਹੁਣ ਇੰਨਾ ਅਰਸਾ ਹੋ ਗਿਆ, ਤਕਰੀਬਨ ਕੋਈ 4.5 ਸਾਲ ਹੋਣ ਵਾਲੇ ਆ, ਮੈਂ ਨਹੀਂ ਅਸੀਂ ਜਿਸ ਤਰ੍ਹਾਂ ਸਾਨੂੰ ਬਿਹਤਰ ਲੱਗਦਾ ਹੈਗਾ ਵਾ ਅਸੀਂ ਕਰ ਲਈਦਾ ਵਾ, ਤੇ ਬਾਕੀ ਮੈਂ ਨਵੇਂ ਬੰਦੇ ਵਾਸਤੇ ਮੈਂ ਤੁਹਾਨੂੰ ਤਰੀਕੇ ਕਰ ਨਵੇਂ ਬੰਦੇ ਬਿੱਲੀਆਂ ਦੱਸਿਆ, ਆਪਾਂ ਤਾਂ ਸਾਰੇ ਕੰਮ ਆਉਂਦੇ ਆ ਇਹ। ਤੇ ਦੂਸਰੇ ਨੰਬਰ ਤੇ ਜਦੋਂ ਇਹਦੀ ਜੇ ਟ੍ਰੀਟਮੈਂਟ ਜਿਹੜੀ ਹੈ ਵਾ, ਜਦੋਂ ਬੱਚਾ ਪੈਦਾ ਹੁੰਦਾ ਵਾ ਅਸੀਂ ਇਹਨੂੰ ਇੰਜੈਕਸ਼ਨ ਲਗਾਈਦਾ ਵਾ 3 ਦਿਨ ਇਨਕੁਆਇਰ 10 ਦਾ ਐਨਰੋਫਲੈਕਸਾਸੀਨ 10% ਐਨਰੋਫਲੈਕਸਾਸੀਨ ਕੋਈ ਵੀ ਕਿਸੇ ਵੀ ਕੰਪਨੀ ਦਾ ਹੋਵੇ, ਹਾਂ ਕਿਸੇ ਵੀ ਕੰਪਨੀ ਦਾ ਜਿਹੜਾ ਤੁਹਾਨੂੰ ਅੱਛਾ ਲੱਗਦਾ ਹੋਵੇ। 3 ਦਿਨ ਦਾ ਜਦੋਂ ਹੁੰਦਾ ਇਹ ਬੱਚਾ, ਅਸੀਂ ਪਹਿਲੇ ਦਿਨ ਹੀ ਸ਼ੁਰੂ ਕਰ ਦੇਈਦਾ ਵਾ 3 ਦਿਨ ਲਗਾਤਾਰ ਲਗਾਈਦਾ ਵਾ। ਕਿੰਨੇ ਸੀਸੀ ਲਾਉਣਾ ਹੁੰਦਾ ਇੱਕ ਬੱਚੇ ਨੂੰ? ਹਾਫ ਸੀਸੀ ਲਗਾਈਦਾ ਵਾ, ਔਰ ਹਾਂ ਠੀਕ ਹੋ ਗਿਆ, ਇਨਸੂਲਿਨ ਵਾਲੀ ਸਿਰਿੰਜ ਨਾਲ ਲਗਾਈਦਾ, ਠੀਕ ਹੋ ਗਿਆ, ਉਹਦੇ ਨਾਲ ਲਗਾਈਦਾ 3 ਦਿਨ, ਉਹ ਕੰਪਲੀਟ ਕਰਕੇ ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਵਾ ਜਦੋਂ ਬੱਚਾ ਹੋ ਜਾਣਾ ਵਾ 10 ਦਿਨ ਦਾ, ਉਸ ਤੋਂ ਬਾਅਦ ਇਹਨੂੰ ਅੱਗੇ ਆ ਲੂਜ਼ ਮੋਸ਼ਨਾਂ ਦਾ ਮਸਲਾ ਬਣਦਾ ਵਾ, ਇੰਟੈਰੋਟੈਕਸੀਮੀਆ ETV ਦਾ, ਜਿਹਦੇ ਵਿੱਚ ਲੋਕ ਦੱਸਦੇ ਯਾਰ ਸਾਡੇ ਬੱਚਿਆਂ ਦਾ ਪੱਠੇ ਰੁਕ ਗਏ ਔਰ ਯਕਦਮ ਜ਼ਾਇਆ ਹੋ ਗਿਆ। ਉਹਦੇ ਵਿੱਚ ਜਿਹੜਾ ਮੈਂ ਇਹਨਾਂ ਅਸੀਂ ਇਹਨਾਂ ਦੀ ਟ੍ਰੀਟਮੈਂਟ ਕਰੀ ਦੀ ਹੈਗੀ, ਉਹਦੇ ਵਿੱਚ ਹੈ ਵਾ ਟ੍ਰਾਈਬਰਸਨ ਤੇ ਔਰ MEY ਕਾਮ ਤੱਕ ਦਾ, ਠੀਕ ਹੈ, ਇੱਕ ਐਂਟੀਬਾਇਓਟਿਕ ਟ੍ਰਾਈਬਰਸਨ ਔਰ MEY ਕਾਮ ਜਿਹੜਾ ਦੋਨੋਂ ਮਿਕਸ ਕਰਕੇ ਅਸੀਂ ਲਗਾਈ ਦੇ ਆ। ਉਹ ਕਿੰਨੀ ਸੀਸੀ ਲਾਉਣਾ? ਟ੍ਰਾਈਬਰਸਨ ਜਿਹੜਾ ਵਾ ਉਹ ਵੀ ਹਾਫ CC ਔਰ MEY ਕਾਮ ਵੀ ਹਾਫ CC ਲੈ ਕੇ ਤੇ ਉਹਨੂੰ ਮਿਕਸ ਕਰਕੇ ਤੇ ਉਹਨੂੰ ਤੁਸੀਂ ਲਗਾ ਕੇ ਲਾ ਦੇਣਾ, 3 ਦਿਨ ਤੋਂ ਇਹ ਕਰ ਲਈਦਾ ਵਾ, ਤੇ ਉਮੀਦ ਆ ਕਿ ਇਨਸ਼ਾਅੱਲਾ ਫਿਰ ਉਸ ਤੋਂ ਬਾਅਦ ਮਸਲਾ ਨਹੀਂ ਬਣਦਾ ਹੈਗਾ। ਅਗਰ ਫਿਰ ਅਗਰ ਉਸ ਤੋਂ ਬਾਅਦ ਹੀ ਅਗਰ ਜੇ ਕੋਈ ਮਸਲਾ ਬਣੇ ਤੇ ਫਿਰ ਉਹਦੇ ਮਤਬਾਦਲ ਫਿਰ ਹੋਰ ਕਈ ਐਸੀਆਂ ਚੀਜ਼ਾਂ ਹੈਗੀਆਂ ਫਿਰ ਬੰਦਾ ਯੂਜ਼ ਕਰ ਲੈਂਦਾ। ਬਾਕੀ ਡਿਪੈਂਡ ਕਰਦਾ ਵਾ ਮੌਸਮ ਤੇ, ਜਿਹੜੇ ਮੈਂ ਦੋ ਤੁਹਾਨੂੰ ਮੌਸਮ ਦੱਸੇ ਹੈਗੇ, ਅਗਰ ਇਸ ਮੌਸਮ ਤੇ ਤੁਸੀਂ ਬੱਕਰੀ ਕ੍ਰਾਸ ਕਰਵਾ ਲਓਗੇ ਇਨਸ਼ਾਅੱਲਾ, ਉਮੀਦ ਆ ਕਿ ਇਨਸ਼ਾਅੱਲਾ ਮੈਡੀਸਨ ਵਾਲੇ ਪਾਸੇ ਘੱਟ ਹੀ ਜਾਣਾ ਪਊਗਾ, ਮੈਡੀਸਨ ਵਾਲੇ ਪਾਸੇ ਤੁਹਾਨੂੰ ਬਹੁਤ ਕੰਮ ਜਾਣਾ ਪਏਗਾ। ਠੀਕ ਹੋ ਗਿਆ, ਇਹ ਚੀਜ਼ਾਂ ਠੀਕ ਆ। ਤੇ ਇਹਨਾਂ ਨੂੰ ਖੁਰਾਕ ਦੇ ਹਵਾਲੇ ਮਾਵਾਂ ਨੂੰ ਕੀ ਪਾਉਣਾ ਚਾਹੀਦਾ? ਇਹਨਾਂ ਦੀਆਂ ਮਾਵਾਂ ਨੂੰ ਜਿਹੜਾ ਇਹਨਾਂ ਨੂੰ ਮੋਸ਼ਨ ਮਾਸ਼ਨ ਮੂਖ ਮਾ ਖਰਾ ਲੱਗੇ ਬਾਈ, ਇਹਨਾਂ ਨੂੰ ਖੁਰਾਕ ਦਾ ਤਲਕ ਨਹੀਂ ਹੈ ਮੋਸ਼ਨ ਦੇ ਨਾਲ, ਕਿਉਂਕਿ ਮਾਂ ਨੂੰ ਤੇ ਅਸੀਂ ਜਿਹੜੀ ਖੁਰਾਕ ਜਿਹੜੀ ਉਹ ਬਿਹਤਰ ਹੀ ਰੱਖੀ ਦੀ ਆ, ਕਿਉਂਕਿ ਉਹਦਾ ਵੰਡਾ ਜਿਹੜਾ ਅਸੀਂ ਨਹੀਂ ਬੰਦ ਕਰੀਦਾ। ਠੀਕ ਹੋ ਗਿਆ, ਹਾਂ ਵੰਡਾ ਜਿਹੜਾ ਵਾ ਵੰਡਾ ਔਰ ਖੁਰਾਕ ਉਹ ਮੌਸਮ ਦੇ ਲਿਹਾਜ਼ ਨਾਲ, ਜੋ ਚਾਹੇ ਲੂਸਣ ਹੋਵੇ ਚਾਹੇ ਅਗਰ ਸਰਦੀ ਹੋਏਗੀ ਤੇ ਸਾਨੂੰ ਜੋ ਚੀਜ਼ ਮੈਸਰ ਹੋਵੇ ਬਿਹਤਰ ਹੋਵੇ ਅਸੀਂ ਉਹ ਇਸਤੇਮਾਲ ਕਰ ਲਈ ਦੀ ਆ। ਬਾਈ ਮਜ਼ੀਦ ਬੱਚਿਆਂ ਦੇ ਹਵਾਲੇ ਨਾਲ ਕੋਈ ਕਿਸੇ ਦੋਸਤ ਨੂੰ ਮਾਲੂਮਾਤ ਚਾਹੀਦੀ ਹੋਵੇ ਨਾ,
ਉਹ ਆਪਦਾ ਥੋੜ੍ਹਾ ਡਿਟੇਲ ਨਾਲ ਦੱਸ ਦਿਓ, ਆਪਦਾ ਨੰਬਰ ਸ਼ੰਬਰ ਵੀ ਆਪਦਾ ਸਾਰਾ ਨਿਜ਼ਾਮ ਜਿਹੜਾ ਨਾ ਉਹ ਦੱਸ ਦਿਓ ਬੱਚਿਆਂ ਦੇ ਹਵਾਲੇ ਨਾਲ। ਕੋਈ ਵੀ ਫਾਰਮਿੰਗ ਦੀ ਇਸ਼ੂ ਆ ਜਾਂਦਾ ਕਿਸੇ ਨੂੰ ਨਾ, 10 ਦਿਨ ਦਾ ਬੱਚਾ, 20 ਦਿਨ ਦਾ, ਮਹੀਨੇ ਦਾ, ਡੇਢ ਦਾ, ਉਹਦੇ ਹਵਾਲੇ ਨਾਲ ਤੇਰੇ ਤੋਂ ਕੋਈ ਮਾਲੂਮਾਤ ਲੈਣੀ ਹੋਵੇ, ਕਿਉਂਕਿ ਤੂੰ ਇੱਕ ਪ੍ਰੋਪਰ ਤਰੀਕੇ ਨਾਲ ਕੰਮ ਕਰਦਾ ਪਿਆ ਬਾਈ ਇਹਨਾਂ ਨੂੰ, ਤੇ ਤੇਰੇ ਹੱਥਾਂ 'ਚ ਨੰਗੀਆਂ ਹੋਈਆਂ ਸਾਰੀਆਂ ਗੱਲਾਂ, ਉਹ ਜ਼ਿਆਦਾ ਫੋਨ ਨੰਬਰ ਵੀ ਦੱਸ ਦੇ ਅਤੇ ਆਪਦਾ ਸਾਰਾ ਨਿਜ਼ਾਮ ਦਾ। ਬਾਕੀ ਅਗਰ ਹੋਰ ਵੀ ਕਿਸੇ ਵੀ ਭਾਈ ਨੂੰ ਕੋਈ ਇਨਫਾਰਮੇਸ਼ਨ ਚਾਹੀਦੀ ਹੋਵੇ ਗੋਟ ਫਾਰਮਿੰਗ ਦੇ ਮੁਤਲਕ, ਕੋਈ ਵੀ ਮਸਲਾ ਮਸਾਇਲ ਹੋਵੇ, ਮੈਂ ਆਪਣਾ ਚੈਨਲ ਬਣਾਇਆ ਹੋਇਆ ਵਾ ਅਬਦੁਲ ਵਹਾਬ ਗੋਟ ਫਾਰਮ ਬਿਹਾੜੀ ਦੇ ਨਾਮ ਤੋਂ, ਤੇ ਉਹਨੂੰ ਸਬਸਕ੍ਰਾਈਬ ਕਰ ਲਓ। ਉਹਦੇ ਵਿੱਚ ਤਕਰੀਬਨ ਹਰ ਚੀਜ਼ ਦੇ ਮੁਤਲਕ ਮੈਂ ਵੀਡੀਓ ਪਾਈ ਹੋਈ ਆ। ਅਗਰ ਉਸ ਤੋਂ ਬਾਵਜੂਦ ਕੋਈ ਚੀਜ਼ ਦੀ ਤੁਹਾਨੂੰ ਮਾਲੂਮਾਤ ਚਾਹੀਦੀ ਹੋਵੇ ਜਾਂ ਕੋਈ ਨਵਾਂ ਬੰਦਾ ਕੋਈ ਕੰਮ ਕਰਨਾ ਚਾਹ ਰਿਹਾ ਹੋਵੇ ਤੇ ਮੇਰਾ ਚੈਨਲ ਜਿਹੜਾ ਵਾ ਸਬਸਕ੍ਰਾਈਬ ਕਰ ਲਓ, ਇਨਸ਼ਾਅੱਲਾ ਤੁਹਾਨੂੰ ਉਹਦੇ ਵਿੱਚ ਹਰ ਕਿਸਮ ਦੀ ਮਾਲੂਮਾਤ ਜਿਹੜੀ ਆ ਉਹ ਮਿਲਦੀ ਜਾਏਗੀ, ਜਿੰਨੀ ਕੁ ਮੇਰੇ ਕੋਲ ਮਾਲੂਮਾਤ ਹੈ ਵਾ ਇਨਸ਼ਾਅੱਲਾ ਤੁਹਾਨੂੰ ਹਰ ਮਾਲੂਮਾਤ ਜਿਹੜੀ ਉਹ ਮੈਂ ਦਿੰਦਾ ਜਾਵਾਂਗਾ। ਤੇ ਆਪਣਾ ਵਟਸਐਪ ਨੰਬਰ ਵੀ ਦੱਸੋ। 0345-55-91-611 ਮੁਹੰਮਦ ਸ਼ਾਹਦ, ਇਹ ਤੇ ਵਟਸਐਪ ਬਣੀ ਹੋਈ ਆ। ਠੀਕ ਹੋ ਗਿਆ ਜੀ, ਅਸਲਾਮ ਅਲੈਕੁਮ, ਮਿਹਰਬਾਨੀ।